ਸਰਪੰਚ ਦਾ ਮੁੰਡਾ ਆ ਮੈਂ। ਇੱਕੋ ਰੋਣਾ ਰੋਣ ਆ ਜਾਂਦੇ ਹੋ ਤੁਸੀਂ ਪੈਸਿਆਂ ਦਾ ਸਾਡੇ ਕੋਲ। ਅਮੀਰਾਂ ਦਾ ਤੇ ਕੰਮ ਹੁੰਦਾ ਪੈਸੇ ਦੇਣਾ, ਪਰ ਸਿਰਫ ਉਦੋਂ ਤੱਕ ਜਦੋਂ ਤੱਕ ਅੱਗੋਂ ਲੋਕੀ ਪੈਸੇ ਵਾਪਸ ਵੀ ਕਰਨ। ਚੰਗਾ ਹੁਣ ਸਤਿ ਸ੍ਰੀ ਅਕਾਲ, ਅਸੀਂ ਚੱਲਦੇ ਹਾਂ, ਤੁਸੀਂ ਆਪਣੇ ਘਰ ਜਾਓ ਤੇ ਅਸੀਂ ਆਪਣੇ ਘਰ। ਦੁਬਾਰਾ ਕਹਿਣਾ ਕਿ ਪੈਸੇ ਦੇਣ ਦੇ ਮਾਮਲੇ 'ਚ ਨਾ ਲੱਕੀ ਤੋਂ ਦਰਿਆ ਦਿਲ ਕੋਈ ਨੀ, ਤੇ ਪੈਸੇ ਲੈਣ ਦੇ ਮਾਮਲੇ 'ਚ ਮੇਰੇ ਤੋਂ ਮਾੜਾ ਵੀ ਕੋਈ ਨੀ। ਹਾਏ ਲੱਕੀ ਜੀ, ਏਦਾਂ ਨਾ ਕਰੋ, ਮੈਨੂੰ ਨਾ ਮਾਸੀ ਜੀ ਨੇ ਘਰੋਂ ਕੱਢ ਦੇਣਾ, ਮੇਰਾ ਤਾਂ ਇਸ ਦੁਨੀਆ 'ਚ ਉਹਨਾਂ ਦੇ ਇਲਾਵਾ ਕੋਈ ਵੀ ਨਹੀਂ ਹੈਗਾ। ਮੇਰੇ ਕੋਲ ਆਪਦੇ ਕੋਲ ਤਾਂ ਇੱਕ ਧੇਲਾ ਵੀ ਨਹੀਂ ਹੈਗਾ, ਮੈਂ ਤਾਂ ਨਾ ਇਹ ਪੈਸੇ ਵੀ ਪੀੜ ਡੀਰ ਲਈ ਲਿੱਤੇ ਸੀ। ਲੱਕੀ ਭਾਅ ਜੀ ਸਖਤ ਹੋ ਸਕਦੇ ਨੇ, ਮੇਰਾ ਤੇ ਦਿਲ ਮੋਮਬੱਤੀ ਵਾਂਗ ਪਿਘਲੀ ਜਾਣ ਡਿਆ। ਹਾਏ ਲੱਕੀ ਜੀ, ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰੋ। ਹਾਏ ਮੈਂ ਵਿਚਾਰੇ ਕਿਹੜੇ ਥਾਂ ਦੇ। ਜਿਹੜੇ ਥਾਂ ਦੇ ਵਿਚਾਰੇ ਹੋ ਨਾ ਉੱਥੇ ਚੱਲ ਜਾਓ ਫੇਰ। ਵੇਖੋ ਪੈਸਿਆਂ ਤੋਂ ਬਿਨਾਂ ਗਹਿਣੇ ਤਾਂ ਨਹੀਂ ਜੇ ਮਿਲਣੇ ਫਿਰ। ਚਲੋ ਸੁੰਡੀ, ਤੂੰ ਕੀ ਵੇਖਣ ਡਿਆ, ਬਹਿ ਗੱਡੀ ਦੇ ਵਿੱਚ ਚੱਲੀਏ, ਨਹੀਂ ਤਾਂ ਤੈਨੂੰ ਵੀ ਇੱਥੇ ਛੱਡ ਕੇ ਚੱਲ ਜਾਣਾ ਮੈਂ। ਹਾਏ, ਕਹਿਣੇ ਲਿਖਤੇ ਬਿਨਾਂ ਘਰ ਨਹੀਂ ਜਾ ਸਕਦੀ, ਇੱਕ ਵਾਰੀ ਹੋਰ ਕੋਸ਼ਿਸ਼ ਕਰਨੀ ਆ, ਕੀ ਪਤਾ ਮਰ ਨਹੀਂ ਜਾਣ। ਹਾਏ ਬਾਬਾ ਜੀ, ਮਦਦ ਕਰਿਓ ਇਸ ਵਿਚਾਰੀ ਦੀ। ਮਾਹੀ ਜੀ ਜਾ ਕੇ ਕੀ ਕਰਨਾ ਹੁਣ, ਜੇ ਖਲੋਤੇ ਹੀ ਉਹਦੇ ਥੋੜਾ ਚਿਰ ਗੱਲਾਂ ਬਾਤਾਂ ਕਰ ਲੈਂਦੇ ਆ। ਗੱਲਾਂ ਤੂੰ ਮਾਰ ਲਾ, ਮੈਂ ਜੁੱਤੀਆਂ ਮਾਰਨੀਆਂ ਤੈਨੂੰ।